ਦੋਸਤੋ ਨਵੰਬਰ ਮਹੀਨਾ ਚੜ ਗਿਆ ਤੇ ਹੁਣ ਆਪਾਂ ਗੱਲਾਂਬਾਤਾਂ ਕਰਾਂਗੇ ਕਾਰ ਕੰਪਨੀਆਂ ਦੀਆਂ ਸੇਲਾਂ ਬਾਰੇ ਅੱਜ ਦੀ ਜਿਹੜੀ ਇਹ ਵੀਡੀਓ ਹੈ ਇਹ 25 ਕਾਰਾਂ ਤੇ ਹੈ 25 ਕਾਰਾਂ ਜਿਹੜੀਆਂ ਅਕਤੂਬਰ 2023 ਦੇ ਵਿੱਚ ਸੇਲ ਹੋਈਆਂ ਜਿਨ੍ਹਾਂ ਦੀ ਸੇਲ ਟੌਪ ਤੇ ਰਹੀ ਹੈ 25ਵੇਂ ਨੰਬਰ ਤੇ ਹੈ i20 i20 ਦੀ ਸੇਲ ਹੋਈ ਹੈ 5352 ਗੱਡੀਆਂ ਸਿਰਫ ਸੇਲ ਹੋਈਆਂ ਤੇ 7 ਲੱਖ ਤੋਂ ਲੈ ਕੇ 1116000 ਚ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ i20 ਚ ਜਦੋਂ ਦਾ ਇੱਕ ਬੇਸ ਵੇਰੀਐਂਟ ਨਵਾਂ ਲਾਂਚ ਕੀਤਾ ਉਹਦੇ ਨਾਲ ਥੋੜਾ ਜਿਹਾ ਜ਼ਿਆਦਾ ਸੇਲ ਦੇ ਵਿੱਚ ਵਾਦਾ ਹੋਇਆ ਹੈ ਬਾਕੀ ਤੇ ਸੇਲ ਦਿਨ-ਦਿਨ ਘਟਦੀ ਜਾਂਦੀ ਹੀ ਫਿਰ 4ਵੇਂ ਨੰਬਰ ਤੇ ਥਾਰ ਥਾਰ ਵਿਗੀਆਂ ਜੀ 5747 ਗੱਡੀਆਂ ਇਹਦੇ ਵਿੱਚ ਥਾਰ 4/4 4/2 ਦੀ ਸੇਲ ਸ਼ਾਮਲ ਆ ਤੇ 10,54,000 ਤੋਂ ਲੈ ਕੇ 16,78,000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਥਾਰ ਪੈਟਰੋਲ ਔਰ ਡੀਜ਼ਲ ਮੈਨੂਅਲ ਔਰ ਆਟੋਮੈਟਿਕ ਸਭ ਦੇ ਵਿੱਚ ਅਵੇਲੇਬਲ ਆ ਬਹੁਤ ਹੀ ਜਲਦੀ ਥਾਰ 5 ਡੋਰ ਦੇ ਵਿੱਚ ਵੀ ਆ ਜਾਊਗੀ ਉਹਦੇ ਵਿੱਚ ਵੀ ਪੈਟਰੋਲ ਡੀਜ਼ਲ ਮੈਨੂਅਲ ਤੇ 4/4 4/2 ਸਭ ਦੇ ਵਿੱਚ ਮਿਲੂਗੀ 23ਵੇਂ ਨੰਬਰ ਤੇ अल्टੋ अल्टੋ ਦੀ ਸੇਲ ਬਹੁਤ ਹੀ ਜ਼ਿਆਦਾ ਘਟੀਆ ਬਿਲਕੁਲ 23ਵੇਂ ਨੰਬਰ ਤੇ ਆ ਗਈ ਹੈ 6371 ਗੱਡੀਆਂ ਸਿਰਫ ਸੇਲ ਹੋਈਆਂ ਇਹ अल्टੋ K10 ਦੀ ਸੇਲ ਹੈ ਕਿਉਂਕਿ अल्टੋ ਜਿਹੜੀ ਸਿੰਪਲ अल्टੋ ਹੈ ਉਹ ਬੰਦ ਹੋ ਚੁੱਕੀ ਹੈ 6371 ਗੱਡੀਆਂ ਸੇਲ ਹੋਈਆਂ 4 ਲੱਖ ਤੋਂ ਲੈ ਕੇ 5 ਲੱਖ 96000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਅੱਗੇ 22ਵੇਂ ਨੰਬਰ ਤੇ ਹੈ Honda Elevate ਐਲੀਵੇਟ ਜਦੋਂ ਦੀ ਆਈ ਹੈ ਤੇ ਹੋਂਡਾ ਦੇ ਸ਼ੋਅਰੂਮਾਂ 'ਚ ਰੌਣਕਾਂ ਲੱਗਣੀਆਂ ਸਟਾਰਟ ਹੋ ਗਈਆਂ ਨੇ ਬਹੁਤ ਵਧੀਆ ਰੇਟ ਦੇ ਨਾਲ ਲਾਂਚ ਕੀਤੀ ਹੈ ਹੋਂਡਾ ਨੇ ਤੇ ਇਹ ਵੀ ਕੀ ਹੈ ਜੀ 6709 ਗੱਡੀਆਂ ਸੇਲ ਹੋਈਆਂ 11 ਲੱਖ 4000 ਤੋਂ ਲੈ ਕੇ 16 ਲੱਖ 24000 ਰੁਪਏ ਤੱਕ ਇੱਕ ਸ਼ੋਅਰੂਮ ਪ੍ਰਾਈਸ ਮਿਲ ਜਾਂਦੀ ਹੈ 21ਵੇਂ ਨੰਬਰ ਤੇ ਅਲਟਰੋਜ਼ ਅਲਟਰੋਜ਼ 6995 ਗੱਡੀਆਂ ਸੇਲ ਹੋਈਆਂ ਨੇ 6 ਲੱਖ 60000 ਤੋਂ ਲੈ ਕੇ 10 ਲੱਖ 74000 ਰੁਪਏ ਤੱਕ ਇੱਕ ਸ਼ੋਅਰੂਮ ਪ੍ਰਾਈਸ ਮਿਲ ਜਾਂਦੀ ਹੈ 20ਵੇਂ ਨੰਬਰ ਤੇ ਹੈ ਐਕਸਟਰ ਹੋਂਡਾਈ ਐਕਸਟਰ एक्सट्रो ਦੀ ਸੇਲ 7817 ਗੱਡੀਆਂ ਸੇਲ ਹੋਈਆਂ 6 ਲੱਖ ਤੋਂ ਲੈ ਕੇ 10 ਲੱਖ 10000 ਰੁਪਏ ਤੱਕ ਐਕਸ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਐਕਸਟਰ ਔਰ ਪੰਚ ਦਾ ਪੂਰਾ ਕੰਪੀਟੀਸ਼ਨ ਚੱਲਦਾ ਦੋਨਾਂ ਦਾ ਰੇਟ ਵੀ ਬਿਲਕੁਲ ਬਰਾਬਰ ਰੱਖੇ ਗਏ ਆ ਔਰ ਸੀਐਨਜੀ ਔਰ ਪੈਟਰੋਲ ਦੋਨੇ ਗੱਡੀਆਂ ਸੀਐਨਜੀ ਪੈਟਰੋਲ ਦੇ ਵਿੱਚ ਅਵੇਲੇਬਲ ਨੇ ਅਗੇ 19ਵੇਂ ਨੰਬਰ ਤੇ ਟਾਟਾ ਟਿਏਗੋ ਟਿਏਗੋ ਸੇਲ ਹੋਈਆਂ ਜੀ 8700 47 ਗੱਡੀਆਂ 5,60,000 ਤੋਂ ਲੈ ਕੇ 8,20,000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਟਿਆਗੋ ਵੀ ਪੈਟਰੋਲ ਔਰ ਸੀਐਨਜੀ ایਵੀ ਸਭ ਦੇ ਵਿੱਚ ਅਵੇਲੇਬਲ 18ਵੇਂ ਨੰਬਰ ਤੇ ਐਕਸਯੂਵੀ 7W0 ਜਿਹੜੀਆਂ ਕਿ 8,900 73 ਗੱਡੀਆਂ ਸੇਲ ਹੋਈਆਂ 14 ਲੱਖ 1000 ਤੋਂ ਲੈ ਕੇ 26 ਲੱਖ 118000 ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਪੈਟਰੋਲ ਔਰ ਡੀਜ਼ਲ ਦੇ ਵਿੱਚ ਅਵੇਲੇਬਲ ਹੈਗੀ ਹੈ 17ਵੇਂ ਨੰਬਰ ਤੇ ਹੈ ਇਨੋਵਾ ਕ੍ਰਿਸਟਾ ਔਰ ਇਨੋਵਾ ਹਾਈਕ੍ਰੋਸ ਦੋਨਾਂ ਦੀ ਸੇਲ ਮਿਲਾ ਕੇ 9014 ਗੱਡੀਆਂ ਸੇਲ ਹੋਈਆਂ 19 ਲੱਖ 99000 ਤੋਂ ਲੈ ਕੇ 26 ਲੱਖ ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਅਗਲੀ ਗੱਲ ਕਰ ਲਈਏ ਤੇ 16ਵੇਂ ਨੰਬਰ ਤੇ ਹੈ ਮਹਿੰਦਰਾ ਬਲੈਰੋ ਬਲੈਰੋ ਇੰਨੇ ਸਾਲ ਹੋ ਗਏ ਲਾਂਚ ਹੋਈ ਨੂੰ ਹਜੇ ਤੱਕ ਵੀ ਦੀ ਸੇਲ ਪੂਰੀ ਪੂਰੀ ਕੈਮ ਆ ਤਕਰੀਬਨ 10000 ਗੱਡੀਆਂ ਸੇਲ ਹੋ ਜਾਂਦੀਆਂ 9836 ਗੱਡੀਆਂ ਫਿਲਹਾਲ ਅਕਤੂਬਰ 2023 ਦੇ ਵਿੱਚ ਸੇਲ ਹੋਈਆਂ ਤੇ 963000 ਤੋਂ ਲੈ ਕੇ 1214000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਬਲੈਰੋ ਔਰ ਬਲੈਰੋ ਨਿਓ ਮਿਲ ਜਾਂਦੀ ਹੈ ਦੋਨਾਂ ਦੀ ਸੇਲ ਮਿਲਾ ਕੇ ਅੱਗੇ 15ਵੇਂ ਨੰਬਰ ਤੇ ਹੈ ਮਰੂਤੀ ਸੰਯੁਕਤੀ ਦੀ ਇਕੋ ਇਕੋ ਦੀ ਸੇਲ ਵੀ ਬਹੁਤ ਜ਼ਿਆਦਾ ਘਟੀ ਆ ਇਹ 10741 ਗੱਡੀਆਂ ਸੇਲ ਹੋਈਆਂ ਨੇ 520000 ਤੋਂ ਲੈ ਕੇ 663000 ਰੁਪਏ ਤੱਕ ਐਕਸ਼ੋਰਮ ਪ੍ਰਾਈਸ ਮਿਲ ਜਾਂਦੀ ਹੈ ਕਮਰਸ਼ੀਅਲ ਦੇ ਵਿੱਚ ਜਿਆਦਾ ਵਿਗਦੀ ਹੈ 14ਵੇਂ ਨੰਬਰ ਤੇ ਹੈ ਸੈਲਟੋਸ ਕਿਆ ਸੈਲਟੋਸ ਵਿਕੇ ਹਨ ਜੀ 11084 ਗੱਡੀਆਂ ਤੇ ਇਹ 1090000 ਤੋਂ ਲੈ ਕੇ 20 ਲੱਖ ਰੁਪਏ ਤੱਕ ਐਕਸ਼ੋਰਮ ਪ੍ਰਾਈਸ ਮਿਲ ਜਾਂਦੀ ਹੈ ਇਹ ਵੀ ਪੈਟਰੋਲ ਔਰ ਡੀਜ਼ਲ ਦੇ ਵਿੱਚ ਅਵੇਲੇਬਲ ਹੈ ਅਗੇ 13ਵੇਂ ਨੰਬਰ ਤੇ ਹੈ ਅਮਰੂਤੀ ਸੋਨਕੀ ਦੀ ਫ੍ਰੌਂਕਸ ਫ੍ਰੌਂਕਸ ਵਿਕੇ ਹਨ ਜੀ 11357 ਗੱਡੀਆਂ ਬਹੁਤ ਵਧੀਆ ਸੇਲ ਹੋਈ ਹੈ ਫ੍ਰੌਂਕਸ ਦੀ ਤੇ 746000 ਤੋਂ ਲੈ ਕੇ 13 ਲੱਖ 13000 ਰੁਪਏ ਤੱਕ ਐਕਸ਼ੋਰਮ ਪ੍ਰਾਈਸ ਮਿਲ ਜਾਂਦੀ ਹੈ ਜੀ 12ਵੇਂ ਨੰਬਰ ਤੇ ਹੈ ਮਰੂਤੀ ਸਯੋਕੀ ਦੀ ਗ੍ਰੈਂਡ ਵਿਟਾਰਾ ਇਹ ਵਿਕੀਆਂ ਜੀ 11861 ਗੱਡੀਆਂ 10 ਲੱਖ 70000 ਤੋਂ ਲੈ ਕੇ 1920000 ਰੁਪਏ ਤੱਕ ਐਕਸ਼ੋਰਮ ਪ੍ਰਾਈਸ ਮਿਲ ਜਾਂਦੀ ਹੈ 11ਵੇਂ ਨੰਬਰ ਤੇ ਹੈ ਹੁੰਡਾਈ ਦੀ ਵੈਨਿਊ 12107 ਗੱਡੀਆਂ ਸੇਲ ਹੋਈਆਂ 7 ਲੱਖ 70000 ਤੋਂ ਲੈ ਕੇ 13 ਲੱਖ 48000 ਰੁਪਏ ਤੱਕ ਐਕਸ਼ੋਰਮ ਪ੍ਰਾਈਸ ਮਿਲ ਜਾਂਦੀ ਹੈ ਇਹ ਵੀ ਪੈਟਰੋਲ ਡੀਜ਼ਲ ਦੇ ਵਿੱਚ ਮਿਲ ਜੂਗੀ 10ਵੇਂ ਨੰਬਰ ਤੇ ਹੈ ਸਕੋਰਪੀਓ ਔਰ ਸਕੋਰਪੀਓ ਐਨ ਦੋਨਾਂ ਦੀ ਸੇਲ ਮਿਲਾ ਕੇ 12851 ਗੱਡੀਆਂ ਸੇਲ ਹੋਈਆਂ ਨੇ 13 ਲੱਖ ਤੋਂ ਲੈ ਕੇ 16000 168100 ਰੁਪਏ ਤੱਕ ਕਲਾਸਿਕ ਮਿਲ ਜਾਂਦੀ ਹੈ ਤੇ 9ਵੇਂ ਨੰਬਰ ਤੇ ਹੈ ਮਰੂਤੀ ਸੋਕੀ ਦੀ ਆਰਟੀਗਾ ਜਿਨ੍ਹਾਂ 13234 ਗੱਡੀਆਂ ਅਕਤੂਬਰ 2023 ਦੇ ਵਿੱਚ ਸੇਲ ਹੋਈਆਂ ਨੇ 8 ਲੱਖ 60 ਹਜ਼ਾਰ ਤੋਂ ਲੈ ਕੇ 13 ਲੱਖ 80 ਹਜ਼ਾਰ ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਫਿਰ 8ਵੇਂ ਨੰਬਰ ਤੇ ਹੈ ਹੁੰਡਾਈ ਦੀ ਕ੍ਰੇਟਾ 13456 ਗੱਡੀਆਂ ਸੇਲ ਹੋਈਆਂ 10 ਲੱਖ 8000 ਤੋਂ ਲੈ ਕੇ 19 ਲੱਖ 20 ਹਜ਼ਾਰ ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 7ਵੇਂ ਨੰਬਰ ਤੇ ਹੈ ਮਰੂਤੀ ਸੂਕੀ ਦੀ ਡਿਜ਼ਾਇਰ ਡਿਜ਼ਾਇਰ ਦੀ 13921 ਗੱਡੀਆਂ ਸੇਲ ਹੋਈਆਂ 6 ਲੱਖ 55 ਹਜ਼ਾਰ ਤੋਂ ਲੈ ਕੇ 9 ਲੱਖ 40 ਹਜ਼ਾਰ ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 6ਵੇਂ ਨੰਬਰ ਤੇ ਹੈ ਟਾਟਾ ਦੀ ਪੰਚ ਬਹੁਤ ਵਧੀਆ ਸੇਲ ਦੇ ਨਾਲ 14316 ਗੱਡੀਆਂ ਸੇਲ ਹੋਈਆਂ 6 ਲੱਖ ਤੋਂ ਲੈ ਕੇ 10 ਲੱਖ 10 ਹਜ਼ਾਰ ਰੁਪਏ ਤੱਕ ਐਕਸ਼ੂਰੂਮ ਪ੍ਰਾਈਸ ਮਿਲ ਜਾਂਦੀ ਹੈ ਪੈਟਰੋਲ ਔਰ ਸੀਐਨਜੀ ਦੇ ਵਿੱਚ ਅਵੇਲੇਬਲ ਹੈ ਈਵੀ ਦੇ ਵਿੱਚ ਵੀ ਜਲਦੀ ਆ ਜੂਗੀ 5ਵੇਂ ਨੰਬਰ ਤੇ ਹੈ ਵੈਗਨਰ 14862 ਗੱਡੀਆਂ ਸੇਲ ਹੋਈਆਂ ਤੇ 5 ਲੱਖ 54 ਹਜ਼ਾਰ ਤੋਂ ਲੈ ਕੇ 7 ਲੱਖ 42 ਹਜ਼ਾਰ ਰੁਪਏ ਤੱਕ ਐਕਸ਼ੂਰੂਮ ਪ੍ਰਾਈਸ ਮਿਲ ਜਾਂਦੀ ਹੈ 4ਵੇਂ ਨੰਬਰ ਤੇ ਹੈ ਬਰੀਜ਼ਾ 15272 ਗੱਡੀਆਂ ਸੇਲ ਹੋਈਆਂ 8 ਲੱਖ 20 ਹਜ਼ਾਰ ਤੋਂ ਲੈ ਕੇ 14 ਲੱਖ 14 ਹਜ਼ਾਰ ਰੁਪਏ ਦਾ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 3 ਤੀਸਰੇ ਨੰਬਰ ਤੇ ਹੈ ਨੈਕਸਨ ਨੈਕਸਨ ਦੀ ਸੇਲ ਫਿਰ ਬਹੁਤ ਵਧੀਆ ਹੋ ਗਈ ਹੈ 15700 85 ਗੱਡੀਆਂ ਸੇਲ ਹੋਈਆਂ 8 ਲੱਖ 10 ਹਜ਼ਾਰ ਤੋਂ ਲੈ ਕੇ 15 ਲੱਖ 50 ਹਜ਼ਾਰ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਤੇ ਦੂਸਰੇ ਨੰਬਰ ਤੇ ਹੈ ਸਵਿਫਟ 17439 ਗੱਡੀਆਂ ਸੇਲ ਹੋਈਆਂ 5 ਲੱਖ 99 ਹਜ਼ਾਰ ਤੋਂ ਲੈ ਕੇ 9 ਲੱਖ 30 ਹਜ਼ਾਰ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਪਹਿਲੇ ਨੰਬਰ ਤੇ ਹੈ ਅਮਰਤੀ ਸਜੋਕੀ ਦੀ ਬਲੈਨੋ ਬਹੁਤ ਵਧੀਆ ਸੇਲ ਦੇ ਨਾਲ 19571 ਗੱਡੀਆਂ ਸੇਲ ਹੋਈਆਂ 6 ਲੱਖ 60 ਹਜ਼ਾਰ ਤੋਂ ਲੈ ਕੇ 9 ਲੱਖ 99 ਹਜ਼ਾਰ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਸੋ ਦੋਸਤੋ ਇਹ ਸੀਗੀਆਂ 25 ਕਾਰਾਂ ਜਿਹੜੀਆਂ ਅਕਤੂਬਰ 2023 ਦੇ ਵਿੱਚ ਬਹੁਤ ਵਧੀਆ ਸੇਲ ਹੋਈ ਹੈ ਜਿਨ੍ਹਾਂ ਦੀ ਟੌਪ 25 ਸੇਲ ਹੋਈ ਹੈ ਸੋ ਦੋਸਤੋ ਅਗਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੱਸਾਂਗੇ ਕਿ ਅਕਤੂਬਰ 2023 ਦੇ ਵਿੱਚ ਟੌਪ 14 ਬ੍ਰਾਂਡ ਕਿਹੜੇ ਰਹੇ ਆ ਤੇ ਟੌਪ 20 SUV ਕਿਹੜੀਆਂ ਰਹੀਆਂ ਨੇ ਤੇ ਟਾਪ 10 ਹੈਚਬੈਕ ਜਿਹੜੀਆਂ ਸਾਰੀਆਂ ਕਲੀਆਂ-ਕਲੀਆਂ ਕਰਕੇ ਵੀਡੀਓ ਜਿਹੜੀਆਂ ਉਹ 1 ਬਾਈ 1 ਆਈ ਜਾਣਗੀਆਂ ਸੋ ਸਾਰੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਫੋਲੋ ਜਰੂਰ ਕਰੋ ਜੇ YouTube ਤੇ ਦੇਖ ਰਹੇ ਹੋ ਤੇ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਚੰਗੀ ਲੱਗੀ ਹੈ ਤੇ Facebook ਵਾਲੇ ਨੂੰ ਸ਼ੇਅਰ ਜਰੂਰ ਕਰਿਓ ਸੋ ਦੋਸਤੋ ਮਿਲਦੇ ਹਾਂ ਜੀ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ